ਸਤਿ ਸ਼੍ਰੀ ਅਕਾਲ ਨਵੀਂ ਕਿਰਨ ਦੇ ਸਭ ਦਰਸ਼ਕਾਂ ਦਾ ਮੈਂ ਮੀਨੂ ਬਹੁਤ-ਬਹੁਤ ਸਵਾਗਤ ਕਰਦੀ ਆ ਤੇ ਅੱਜ ਅਸੀਂ ਗੱਲ ਕਰਾਂਗੇ ਸਿੱਖਿਆ ਪ੍ਰਣਾਲੀ ਦੀ ਸਿੱਖਿਆ ਜਿਹੜੀ ਕਿ ਸਾਨੂੰ ਸੁੱਖ ਸਮ੍ਰiddhi ਅਤੇ ਸ਼ਾਂਤੀ ਵੱਲ ਲੈ ਕੇ ਜਾਂਦੀ ਹੈ ਸਿੱਖਿਆ ਕੀ ਸਾ ਜਿਹੜੀ ਕਿ ਸਾਨੂੰ ਬਹੁਤ ਗਿਆਨ ਦੇ ਕੇ ਜਾਂਦੀ ਹੈ ਪਰ ਅੱਜ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਕੁਝ ਘਾਟ ਜੀ ਜਪਦੀ ਹੈ ਇਹ ਕੀ ਘਾਟ ਹੈ ਇਸ ਨੂੰ ਕਿਵੇਂ ਅਸੀਂ ਪੂਰਾ ਕਰ ਸਕਦੇ ਹਾਂ ਇਸ ਲਈ ਗੱਲ ਕਰਨ ਲਈ ਅੱਜ ਸਾਡੇ ਨਾਲ ਮੌਜੂਦ ਨੇ ਬ੍ਰਹਮ ਕੁਮਾਰ ਰਜੇਸ਼ ਪਾਈਜੀ ਪਾਈਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਓਮ ਸ਼ਾਂਤੀ ਓਮ ਸ਼ਾਂਤੀ ਜੀ ਥੈਂਕ ਯੂ ਤੇ ਪਾਈਜੀ ਜਿਵੇਂ ਹੁਣ ਅੱਜ ਦੀ ਜਿਹੜੀ ਸਾਡੀ ਸਿੱਖਿਆ ਪ੍ਰਣਾਲੀ ਹੈ ਇੱਕ ਥੋੜੀ ਜਿਹੀ ਘਾਟ ਜੀ ਸਾਨੂੰ ਨਜ਼ਰ ਆਉਂਦੀ ਹੈ ਕਿਵੇਂ ਅਸੀਂ ਇਸ ਨੂੰ ਪੂਰਾ ਕਰ ਸਕਦੇ ਹਾਂ ਦੇਖੋ ਜੀ ਜਿਹੜਾ ਸਿੱਖਿਆ ਦਾ ਉਦੇਸ਼ ਹੁੰਦਾ ਹੈ ਉਹ ਹੀ ਹੁੰਦਾ ਹੈ ਕਿ ਇਨਸਾਨ ਨੂੰ ਸੱਚੀ ਸੁਖ ਸ਼ਾਂਤੀ ਦੀ ਪ੍ਰਾਪਤੀ ਹੋਵੇ ਜੀ ਲekin ਜਦੋਂ ਅਸੀਂ ਦੇਖਦੇ ਹਾਂ ਕਿ 20ਵੀਂ ਸਦੀ ਦੇ ਵਿੱਚ ਸਾਇੰਸ ਨੇ ਨੀ ਤਰੱਕੀ ਕਰ ਲਈ ਪਰ ਮਨੁੱਖ ਜਿਹੜਾ ਹੈ ਉਹਦੀ ਸ਼ਾਂਤੀ ਖਤਮ ਹੋ ਗਈ ਇਸ ਕਰਕੇ 20ਵੀਂ ਸਦੀ ਨੂੰ ਜਿਹੜਾ ਉਹ ਤਣਾਅ ਦੀ ਸਦੀ ਕਿਹਾ ਗਿਆ ਜੀ ਤੇ ਕਾਰਨ ਤੇ ਬਹੁਤ ਜ਼ਿਆਦਾ ਨੇ ਸਿੱਖਿਆ ਪ੍ਰਣਾਲੀ ਦੇ ਕਿਉਂਕਿ ਸਿੱਖਿਆ ਹੀ ਆਧਾਰ ਹੁੰਦੀ ਹੈ ਹਰ ਇੱਕ ਚੀਜ਼ ਦਾ ਸਿੱਖਿਆ ਦੇ ਵਿੱਚ ਕਾਰਨ ਤਾਂ ਬਹੁਤ ਜ਼ਿਆਦਾ ਨੇ ਪਰ ਆਪਾਂ ਅੱਜ ਇੱਕ ਮੁੱਖ ਕਾਰਨ ਦੀ ਗੱਲ ਕਰਨੀ ਹੈ ਕਿ ਇਹ ਜਿਹੜਾ ਮੁੱਖ ਕਾਰਨ ਜਿਹੜਾ ਹੈ ਜਿਹੜਾ ਮੋੜ ਕਾਰਨ ਹੈਗਾ ਉਹਦੀ ਆਪਾਂ ਗੱਲ ਕਰਾਂਗੇ ਇਹ ਜੇ ਆਪਾਂ ਇਹਨੂੰ ਧਿਆਨ ਨਾਲ ਵੇਖੀਏ ਇਹਨੂੰ ਕੋਖੀਏ ਇਹਨੂੰ ਵਿਚਾਰੀਏ ਤੇ ਜੇ ਅੱਜ ਅਸੀਂ ਆਪਣੀ ਸਿੱਖਿਆ ਨੂੰ ਵੇਖੀਏ ਤੇ ਸਿੱਖਿਆ ਦਾ ਜਿਹੜੀ ਵਿਚਾਰਧਾਰਾ ਹੈ ਅੱਜਕੱਲ ਜਿਹੜੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਆਪਾਂ ਦਿੰਨੇ ਆ ਉਹ ਵਿਚਾਰਧਾਰਾ ਜਿਹੜੀ ਉਹ ਮੁਕਾਬਲੇ ਦੀ ਵਿਚਾਰਧਾਰਾ ਹੈ ਉਹ ਜਿਹੜੀ ਵਿਚਾਰਧਾਰਾ ਹੈ ਉਹ ਤੁਲਨਾ ਕਰਨ ਦੀ ਵਿਚਾਰਧਾਰਾ ਹੈ ਤੁਸੀਂ ਦੇਖੋ ਟੀਚਰ ਤਾਂ ਬੱਚਿਆਂ ਨੂੰ ਕਹਿੰਦਾ ਹੀ ਕਹਿੰਦਾ ਹੈ ਟੀਚਰ ਇਹ ਕਹਿੰਦਾ ਕਿ ਇਹ ਬੱਚੇ ਦੇ ਨੰਬਰ ਚੰਗੇ ਹੈ ਜਿਆਦਾ ਹੁਸ਼ਿਆਰ ਹੈ ਇਹਦੇ ਨੰਬਰ ਘੱਟ ਹੈ ਇਹ ਨ ਲੈ ਕੇ ਉਹ ਜਿਹੜੇ ਬੱਚੇ ਨੂੰ ਆਪਾਂ ਨਲਾਇਕ ਕਹਤਾ ਉਹ ਬੱਚੇ ਦਾ ਆਤਮ ਵਿਸ਼ਵਾਸ ਡੇਗ ਗਿਆ ਉਹ ਟੀਚਰ ਨੇ ਤੇ ਮੁਕਾਬਲੇਬਾਜੀ ਕਰ ਹੀ ਦਿੱਤੀ ਲੇਕਿਨ ਬੱਚੇ ਵੀ ਉਹ ਤੋਂ ਸਿੱਖ ਕੇ ਕੀ ਕਰਦੇ ਨੇ ਆਪਸ ਵਿੱਚ ਮੁਕਾਬਲੇਬਾਜੀ ਕਰਨੀ ਸ਼ੁਰੂ ਕਰ ਦਿੰਦੇ ਉਹ ਸਮਝ ਗਿਆ ਵੀ ਜਿਹੜੇ ਬੱਚੇ ਦੇ ਨੰਬਰ ਚੰਗੇ ਆ ਉਹ ਹੁਸ਼ਿਆਰ ਆ ਜਿਹਦੇ ਮਾੜੇ ਆ ਉਹ ਨਲਾਇਕ ਆ ਇਵਨ ਘਰ ਵਿੱਚ ਵੀ ਪੇਰੈਂਟਸ ਵੀ ਦੋ ਬੱਚਿਆਂ ਦੇ ਵਿੱਚ ਜਾਂ ਤਿੰਨ ਬੱਚਿਆਂ ਦੇ ਵਿੱਚ ਵੀ ਮੁਕਾਬਲੇ ਕਰਦੇ ਨੇ ਆਪਣੀ ਬੱਚਿਆਂ ਦੇ ਵਿੱਚ ਹਾਂਜੀ ਤਾਂ ਇਹ ਇਹ ਜਿਹੜੀ ਮੁਕਾਬਲੇਬਾਜੀ ਹੈ ਤੁਸੀਂ ਦੇਖੋ ਬੱਚੇ ਛੋਟੇ ਆ ਉਹ ਕੀ ਕਰਨਗੇ ਉਹ ਇਹੀ ਉਹਨਾਂ ਦੇ ਮਨ 'ਚ ਬੈਠਾ ਹੈ ਕਿ ਜਿਹਦੇ ਨੰਬਰ ਆਏ ਚੰਗੇ ਉਹ ਬੱਚਾ ਬਹੁਤ ਚੰਗਾ ਜਿਹਦੇ ਮਾੜੇ ਆ ਉਹ ਬਹੁਤ ਮਾੜਾ ਉਹ ਫਿਰ ਇੱਕ ਦੂਸਰੇ ਨੂੰ ਤਾਨਾ ਵੀ ਮਾਰਨਗੇ ਹੂੰ ਤੇ ਜਿਹੜਾ ਬੱਚਾ ਜਿਹਦੇ ਨੰਬਰ ਘਟ ਹੈ ਉਹ ਨੰਬਰ ਜ਼ਿਆਦਾ ਲੈਣ ਵਾਸਤੇ ਕੀ ਕਰੇਗਾ ਉਹ ਹੋ ਸਕਦਾ ਝੂਠ ਵੀ ਬੋਲੇ ਕੁਝ ਹੂੰ ਉਹ ਹੋ ਸਕਦਾ ਉਹ ਨਕਲ ਵੀ ਮਾਰੇ ਇਸ ਤਰ੍ਹਾਂ ਜਿਹੜਾ ਅਮੀਰ ਤੇ ਗਰੀਬੀ ਦਾ ਫਰਕ ਹੈਗਾ ਹੂੰ ਇਹਦੇ 'ਚ ਵੀ ਕਈ ਬੱਚੇ ਕੀ ਕਰਦੇ ਆ ਤੁਲਨਾ ਕਰਦੇ ਆ ਇੱਕ ਦੂਸਰੇ ਦੀ ਮੁਕਾਬਲੇਬਾਜ਼ੀ ਕਰਦੇ ਆ ਹਾਂਜੀ ਇਸ ਤਰ੍ਹਾਂ ਹੋਰ ਕਈ ਚੀਜ਼ਾਂ ਹੈਗੀਆਂ ਕਈ ਬੱਚਿਆਂ ਕੋ ਪਾਤੀ ਕੋ ਉਸਤਾਂ ਚੰਗੀਆਂ ਹੁੰਦੀਆਂ ਕਿਸੇ ਕੋ ਲੈਪਟਾਪ ਚੰਗਾ ਹੋ ਗਿਆ ਉਹਦੇ ਚ ਵੀ ਇੱਕ ਦੂਜੇ ਦੀ ਤੁਲਨਾ ਬਾਜੀ ਕਰਨਗੇ ਤਾਨੇ ਮਾਰਨਗੇ ਕੱਪੜੇ ਬੜੇ ਵਧੀਆ ਹੈਗੇ ਆ ਹਾਂਜੀ ਇਹ ਜਿਹੜੀ ਸ਼ੁਰੂਆਤ ਹੈ ਇਹ ਕਲਾਸ ਤੋਂ ਸ਼ੁਰੂ ਹੋ ਜਾਂਦੀ ਜੀ ਬਿਲਕੁਲ ਤੇ ਅਸੀਂ ਜਦੋਂ ਇਹ ਬੱਚਿਆਂ ਦੇ ਵਿੱਚ ਗੱਲ ਪਾ ਦਿੱਤੀ ਹਾਂਜੀ ਜਦੋਂ ਅਸੀਂ ਤੁਲਨਾ ਦੀ ਗੱਲ ਪਾ ਦਿੰਦੇ ਹਾਂ ਜਦੋਂ ਅਸੀਂ ਮੁਕਾਬਲੇ ਬਾਜੀ ਦੀ ਗੱਲ ਪਾ ਦਿੰਦੇ ਹਾਂ ਇਹ ਜਿਹੜੀ ਬੱਚਿਆਂ ਦੇ ਵਿੱਚ ਮਨ ਚ ਬੈਠ ਜਾਂਦੀ ਹੈ ਇਹ ਜਿਹੜੀ ਸਕੂਲ ਤੋਂ ਸ਼ੁਰੂ ਹੋ ਕੇ ਕਾਲਜ ਕਾਲਜ ਤੋਂ ਸ਼ੁਰੂ ਹੋ ਕੇ ਫਿਰ ਜਦੋਂ ਬੰਦਾ ਉਹ ਜਵਾਨ ਹੁੰਦਾ ਹੈ ਸਮਾਜ ਦੇ ਵਿੱਚ ਜਾ ਕੇ ਵਿਚਰਦਾ ਹੈ ਉਹੀ ਗੱਲ ਜਿਹੜੀ ਉਹ ਸਮਾਜ ਦੇ ਵਿੱਚ ਵੀ ਜੜੀ ਉਹ ਜਾਂਦੀ ਹੈ ਇੱਥੋਂ ਤੱਕ ਇਹ ਆ ਗਿਆ ਕਿ ਮੁਕਾਬਲਾ ਜਿਹੜਾ ਬੱਚਾ ਦੇ ਨੰਬਰ 1 ਆ ਗਿਆ ਉਹ ਆਪਣ ਨੂੰ ਸਮਝਦਾ ਮੈਂ ਤੇ ਜਿਹੜੀ ਮੇਰੀ ਤੇ ਸਫਲਤਾ ਹੈ ਤੇ ਜਿਹੜਾ ਬੱਚਾ ਨਹੀਂ ਆਇਆ ਉਹ ਮੈਂ ਕੀ ਹੋ ਗਿਆ ਮੈਂ ਤੇ ਬਿਲਕੁਲ ਅਸਫਲ ਹੋ ਗਿਆ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਕਿ ਹਰ ਇੱਕ ਬੱਚੇ ਦੇ ਵਿੱਚ ਬੁੱਧੀਮਤਤਾ ਜਿਹੜੀ ਹੁੰਦੀ ਹੈ ਕੁਦਰਤੀ ਬੁੱਧੀਮਤਤਾ ਹੁੰਦੀ ਆਪਾਂ 8 ਤਰ੍ਹਾਂ ਦੀ ਬੁੱਧੀਮਤਤਾ ਦੀ ਗੱਲ ਕੀਤੀ ਸੀ ਹਾਂਜੀ ਕਈਆਂ ਦੇ ਵਿੱਚ ਸੰਗੀਤ ਆਤਮਿਕ ਬੁੱਧੀਮਤਤਾ ਹੁੰਦੀ ਹੈ ਕਈਆਂ ਦੇ ਵਿੱਚ ਤਰਕ ਕਰਨ ਦੀ ਬੁੱਧੀਮਤਤਾ ਹੁੰਦੀ ਹੈ ਤੇ ਹਰ ਇੱਕ ਬੱਚੇ ਦੇ ਗੁਣ ਤਾਂ ਹੁੰਦੇ ਆ ਬਿਲਕੁਲ ਹਾਂਜੀ ਤੇ ਟੀਚਰ ਨੇ ਤੇ ਕੀਤਾ ਹੀ ਕੀਤਾ ਗੋ ਫਿਰ ਬੱਚੇ ਵੀ ਉਹ ਹੀ ਸਿੱਖਦੇ ਆ ਤੇ ਜਦੋਂ ਕਿਸੇ ਬੱਚੇ ਦਾ A ਗ੍ਰੇਡ ਆ ਗਿਆ B ਗ੍ਰੇਡ ਆ ਗਿਆ C ਆ ਗਿਆ D ਆ ਗਿਆ ਤੇ ਆਪਾਂ ਇਹ ਨਹੀਂ ਸਿਖਾਉਂਦੇ ਕਿ ਤੁਸੀਂ ਸਹਿਯੋਗ ਕਰੋ ਇੱਕ ਦੂਸਰੇ ਦਾ ਹਾਂਜੀ ਉਹ ਕੀ ਕਰਦੇ ਜਿਹੜਾ ਏ ਵਾਲਾ ਬੱਚਾ ਹੈ ਉਹ ਡੀ ਵਾਲੇ ਨੂੰ ਤਾਨੇ ਮਾਰੇਗਾ ਇਹ ਤਾਨੇ ਮਾਰਨਾ ਜਿਹੜਾ ਆਪਾਂ ਸਕੂਲਾਂ 'ਚ ਜਿਹੜਾ ਸਿਖਾਉਣਾ ਸ਼ੁਰੂ ਕਰ ਦਿੰਨੇ ਹਾਂ ਜੀ ਇਹ ਜਿਹੜੀ ਮੁਕਾਬਲੇਬਾਜ਼ੀ ਨੇ ਇਨਸਾਨ ਦਾ ਜੀਵਨ ਹੀ ਜਿਹੜਾ ਦੁਰਬਲ ਕਰ ਦਿੱਤਾ ਅੱਜ ਦੇਖੋ ਇਨਸਾਨ ਕੋਲ ਬੜਾ ਪੈਸਾ ਆ ਗਿਆ لیکن پھر بھی انسان ਜਦੋਂ ਆਪਣੇ ਆਪ ਨੂੰ ਦੂਸਰੇ ਨਾਲ ਮੁਕਾਬਲੇਬਾਜ਼ੀ ਕਰਦਾ ਹੈ ਕੰਪੀਟੀਸ਼ਨ ਕਰਦਾ ਹੈ ਆਪਣੇ ਆਪ ਨੂੰ ਕੰਪੇਅਰ ਕਰਦਾ ਹੈ ਤੇ ਦੁਖੀ ਹੋ ਜਾਂਦਾ ਹੈ ਜੈਲਸੀ ਫੀਲਿੰਗ ਬਿਲਕੁਲ ਬਿਲਕੁਲ ਇਹ ਜਦੋਂ ਸਕੂਲ ਤੋਂ ਹੀ ਗੱਲ ਸ਼ੁਰੂ ਹੋ ਗਈ ਤੇ ਜਦੋਂ کالج ਤੇ ਜਾਂਦੇ ਹਾਂ ਦੇਖੋ ਕਈ ਬੱਚੇ ਹੁੰਦੇ ਉਹ ਮੈਡੀਕਲ کالج ਵੀ ਪਹੁੰਚ ਜਾਂਦੇ ਤੁਸੀਂ ਦੇਖੋ ਕਈ ਬੱਚੇ ਮੈਡੀਕਲ کالج ਉਹਨਾਂ ਦੇ ਮਨ ਚ ਹੀ ਹੁੰਦਾ ਕਿ ਅਸੀਂ ਤੇ ਨੰਬਰ 1 ਤੇ ਆਉਣਾ ਇਹੋ ਜਿਹੀਆਂ ਅਸੀਂ ਗੱਲਾਂ ਸੁਣੀਆਂ ਹੈ ਕਿ ਮੈਡੀਕਲ کالج ਦੇ ਵਿੱਚ ਵਿਦਿਆਰਥੀ ਗਏ ਹੈ ਲੇਕਿਨ ਪਹਿਲੇ ਨੰਬਰ ਤੇ ਨਹੀਂ ਆਇਆ ਭਾਵੇਂ ਉਹਨਾਂ ਨੇ ਫਰਸਟ ਡਿਵੀਜ਼ਨ ਚ ਕਲਾਸ ਆਪਣੀ ਪਾਸ ਕਰ ਲਈ ਹਾਂਜੀ ਐਮਬੀਬੀ ਫਸਟ ਡਿਵੀਜ਼ਨ ਚ ਕੀਤੀ ਹੈ ਪਰ ਮੈਂ ਪਹਿਲੇ ਨੰਬਰ ਤੇ ਨਹੀਂ ਆਇਆ ਹੂੰ ਦੂਜੇ ਨੰਬਰ ਤੇ ਆਇਆ ਇੱਕ ਲੜਕੀ ਨੇ ਸਿਰਫ ਐਸੇ ਕਰਕੇ ਆਤਮ ਹੱਤਿਆ ਕਰ ਲਈ ਐਸੇ ਕਰਕੇ ਸੁਸਾਈਡ ਕਰ ਲਈ ਕਿ ਮੈਂ ਤਾਂ ਪਹਿਲੇ ਨੰਬਰ ਤੇ ਹੋਣਾ ਸੀ ਮੈਂ ਦੂਜੇ ਨੰਬਰ ਤੇ ਕਿਉਂ ਆਇਆ ਮਤਲਬ ਕਿ ਇਨਸਾਨ ਨੇ ਆਪਣੀ ਹੋਂਦ ਨੂੰ ਆਪਣੀ ਸਫਲਤਾ ਨੂੰ ਮੁਕਾਬਲੇਬਾਜ਼ੀ ਦੇ ਉੱਤੇ ਜਿਹੜਾ ਆਧਾਰਿਤ ਕਰ ਦਿੱਤਾ ਹੈਗਾ ਇਹਨੂੰ ਬੜੀ ਇੱਕ ਬੜੀ ਡੂੰਗੀ ਗੱਲ ਹੈ ਇਹਨੂੰ ਬੜੇ ਧਿਆਨ ਨਾਲ ਸਮਝਣ ਦੀ ਗੱਲ ਹੈ ਕਿਉਂਕਿ ਜਿਹੜੀ ਜੜ ਹੈਗੀ ਹੈ ਉਹ ਅਸੀਂ ਜਿਹੜੀ ਉਹ ਛੋਟੇ ਪੰਨ ਤੋਂ ਪਾਈ ਹੋਈ ਉਹ ਅਸੀਂ ਸਕੂਲਾਂ ਦੇ ਵਿੱਚ ਹੀ ਪਾਈ ਹੋਈ ਜੜ ਜਿਹੜੀ ਹੈ ਪਰ ਜਿਵੇਂ ਹੁਣ ਇਹ ਮਤਲਬ ਜਿਵੇਂ ਤੁਸੀਂ ਬੜੀ ਵਧੀਆ ਗੱਲ ਕੀਤੀ ਕਿ ਕੰਪੈਰੀਜ਼ਨ ਜਾਂ ਇੱਕ ਕਹੋ ਕਿ ਮੁਕਾਬਲੇਬਾਜ਼ੀ ਦੀ ਜਿਹੜੀ ਇੱਕ ਹੋੜ ਜੀ ਲੱਗੀ ਹੋਈ ਹੈ ਕਿਤੇ ਨਾ ਕਿਤੇ ਸਾਨੂੰ ਲੱਗਦਾ ਕਿ ਇੱਕ ਪੂਰੀ ਰੇਸ ਲੱਗੀ ਹੋਈ ਹੈ ਹਰ ਕੋਈ ਇਸ ਰੇਸ 'ਚ ਅੱਗੇ ਨਿਕਲਣਾ ਜਿਹੜਾ ਚਾਹੁੰਦਾ ਹੈਗਾ ਤੇ ਆਪਣੇ ਜਿਹੜੇ ਐਂਜੈਂਸ ਟੈਸਟ ਜਾਂ ਜੋ ਵੀ ਚੀਜ਼ ਹੋਰ ਵੀ ਕੰਪੀਟੀਸ਼ਨ ਲੈ ਲੋ ਉਹਦੇ ਵਿੱਚ ਵੀ ਆਪਾਂ ਨੂੰ ਹੁੰਦਾ ਹੈ ਕਿ ਚੰਗੇ ਨੰਬਰ ਲੈ ਕੇ ਆਨੇ ਨੇ ਤਾਂ ਹੀ ਵਧੀਆ ਐਡਮਿਸ਼ਨ ਕਾਲਜ ਵਿੱਚ ਮਿਲੇਗੀ ਤਾਂ ਫਿਰ ਉਹ ਜੇ ਕੰਪੀਟੀਸ਼ਨ ਸਪਿਰਟ ਨਾਲ ਲੈ ਕੇ ਟੀਚਰਸ ਕੀ ਸਿਖਾਉਣ हां तो ਤੁਸੀਂ ਬੜਾ ਮੈਨੂੰ ਚੰਗਾ ਸਵਾਲ ਕੀਤਾ ਹੈ ਕਿਉਂਕਿ ਜਦੋਂ ਆਪਾਂ ਮੁਕਾਬਲੇਬਾਜ਼ ਦੀ ਗੱਲ ਕਰਦੇ ਕੰਪੀਟੀਸ਼ਨ ਦੀ ਗੱਲ ਕਰਦੇ ਆ ਉਹਦੇ ਵਿੱਚ ਮਨਚ ਕੀ ਹੁੰਦੀ ਨਕਾਰਾਤਮਕਤਾ ਆਉਂਦੀ ਹੈ ਅੱਜ ਦਾ ਟੀਚਰ ਕੀ ਚਾਹੁੰਦਾ ਹੈਗਾ ਅੱਜ ਦੇ ਮਾਪਿਓ ਕੀ ਚਾਹੁੰਦੇ ਹੈਗੇ ਉਹ ਸਾਰੇ ਮਾਪਿਓ ਹੀ ਚਾਹੁੰਦੇ ਆ ਕਿ ਸਾਡੇ ਬੱਚੇ ਦਾ ਕੀ ਹੋਵੇ ਏ ਗ੍ਰੇਡ ਆ ਟੀਚਰ ਵੀ ਚਾਹੁੰਦੇ ਸਾਡੇ ਬੱਚੇ ਸਾਡੇ ਜਿਹੜੇ ਮੇਰੇ ਕੋਲ ਜਿਹੜੇ ਬੱਚੇ ਪੜ੍ਹ ਕੇ ਗਏ ਆ ਜਾਂ ਜਿਹੜੇ ਸਕੂਲ ਦੇ ਪ੍ਰਿੰਸੀਪਲ ਨੇ ਹਰ ਸਕੂਲੇ ਚਾਹੁੰਦਾ ਕਿ ਸਾਡੇ ਬੱਚੇ ਜਿਹੜੇ ਆ ਉਹ ਸਾਰਿਆਂ ਦੇ ਚੰਗੇ ਨੰਬਰ ਆਉਣ ਸਾਰੇ ਜਿਹੜੇ ਏ ਗ੍ਰੇਡ ਲੈ ਕੇ ਜਾਣ ਹੁਣ ਗੱਲ ਅਸੀਂ ਕਿਹੜੀ ਚੀਜ਼ ਅਪਣਾਈਏ ਮੈਂ ਸਕੂਲ ਤੋਂ ਹੀ ਗੱਲ ਕਰਾਂਗਾ ਸਕੂਲ ਦੇ ਵਿੱਚ ਜਦੋਂ ਟੀਚਰ ਬੱਚਿਆਂ ਨੂੰ ਪੜਾਉਂਦਾ ਹੈ ਹਾਂਜੀ ਤੇ ਪੜਾਉਣ ਤੋਂ ਬਾਅਦ ਪਹਿਲੀ ਗੱਲ ਤੇ ਆ ਉਹਨੂੰ ਅਲੱਗ-ਅਲੱਗ ਵਿਧੀਆਂ ਅਪਣਾਉਣੀਆਂ ਚਾਹੀਦੀਆਂ ਕਿ ਉਹ ਆਪਣੇ ਲੈਕਚਰ ਦੇ ਨਾਲ ਵੀ ਪੜਾਵੇ ਕਿਉਂਕਿ ਬੱਚਿਆਂ ਦੀ ਜਿਹੜੀ ਸਿੱਖਣ ਦੀ ਉਹਨਾਂ ਦੀ ਜਿਹੜੀ ਰੁਚੀ ਹੁੰਦੀ ਹੈ ਅਲੱਗ-ਅਲੱਗ ਤਰੀਕੇ ਨਾਲ ਅਲੱਗ-ਅਲੱਗ ਬੱਚੇ ਜੜੇ ਅਲੱਗ-ਅਲੱਗ ਤਰੀਕੇ ਨਾਲ ਸਿੱਖਦੇ ਕੋਈ ਬੱਚੇ ਜਦੋਂ ਟੀਚਰ ਬੋਲਦਾ ਹੈ ਉਹਦੇ ਨਾਲ ਸਿੱਖ ਲੈਂਦੇ ਆ ਜੋ ਉਹਨੇ ਬੋਲੇ ਉਸੇ ਵੇਲੇ ਲਿਖ ਲੈਂਦੇ ਉਹਦੇ ਨਾਲ ਸਿੱਖ ਲੈਂਦੇ ਕਈ ਬੱਚੇ ਜਦੋਂ ਟੀਚਰ ਨੇ ਕੋਈ ਚੀਜ਼ ਵਿਖਾਈ ਹੈ ਜਿਵੇਂ ਆਪਾਂ ਬੱਚੇ ਟੀਵੀ ਤੇ ਵੇਖਦੇ ਨੇ ਮੋਬਾਈਲ ਫੋਨ ਤੇ ਵੇਖਦੇ ਨੇ ਉਹ ਤੋਂ ਸਿੱਖ ਲੈਂਦੇ ਕਈ ਬੱਚੇ ਹੱਥ ਨਾਲ ਕੰਮ ਕਰਨਾ ਸਿੱਖਦੇ ਤੇ ਟੀਚਰ ਨੂੰ ਚਾਹੀਦਾ ਹੈ ਕਿ ਤਿੰਨੋਂ ਜੜੀਆਂ ਵਿਧੀਆਂ ਉਹ ਪੜਾਉਣ ਪਹਿਲੀ ਗੱਲ ਤਾਂ ਇਹ ਬਿਲਕੁਲ ਜਦੋਂ ਤਿੰਨੋਂ ਵਿਧੀਆਂ ਅਪਣਾਉਣਗੇ ਤੇ ਬੱਚੇ ਜਿਹੜੇ ਆ ਉਹ ਉਹਨਾਂ ਦੀ ਜੜੀ ਰੁਚੀ ਉਹ ਜਿਹੜੀ ਬੜੀ ਉਹਨਾਂ ਨੂੰ ਹਰ ਬੱਚੇ ਨੂੰ ਆਪਣਾ ਆਪਣਾ ਤਰੀਕਾ ਮਿਲ ਜਾਏਗਾ ਕਿ ਮੈਂ ਜਿਹੜੇ ਤਰੀਕੇ ਨਾਲ ਸਿੱਖਦਾ ਮੈਨੂੰ ਉਹ ਟੀਚਰ ਨੇ ਉਹ ਪੜਾਇਆ ਬਿਲਕੁਲ ਹਾਂਜੀ ਫਿਰ ਉਸ ਤੋਂ ਬਾਅਦ ਅੱਜ ਕੱਲ ਕੀ ਹੁੰਦਾ ਸਕੂਲਾਂ ਦੇ ਵਿੱਚ ਬੱਚਿਆਂ ਦੇ ਟੈਸਟ ਲੈ ਜਾਂਦੇ ਆ ਹਰ ਹਫ਼ਤੇ ਬਾਅਦ ਕਹਿੰਦੇ ਜੀ ਹਰ ਸਬਜੈਕਟ ਦਾ ਇੱਕ ਨਾ ਇੱਕ ਟੈਸਟ ਹੋਣਾ ਜਦੋਂ ਟੈਸਟ ਲੈਂਦੇ ਆ ਇਸ ਲੈਣ ਤੋਂ ਪਹਿਲਾਂ ਮੈਂ ਇੱਕ ਜਿਹੜਾ ਆਪਣਾ ਜਿਹਨੂੰ ਅਸੀਂ ਕਹਿੰਦੇ ਸਹਿਯੋਗ ਦੀ ਜਿਹੜੀ ਉਹ ਸਹਿਯੋਗ ਦੀ ਵਿਚਾਰਧਾਰਾ ਹਾਂਜੀ ਹਾਂਜੀ ਬੱਚਿਆਂ ਨੂੰ ਸਹਿਯੋਗ ਕਰਨਾ ਕਲਾਸ ਦੇ ਵਿੱਚ ਹੀ ਸਿਖਾਉਣਾ ਚਾਹੀਦਾ ਹੈ ਬੱਚਿਆਂ ਦੇ ਵਿੱਚ ਇਹੋ ਜੀ ਭਾਵਨਾ ਪੈਦਾ ਕਰ ਦਿਓ ਜਦੋਂ ਤੁਸੀਂ ਟੈਸਟ ਲੈਣਾ ਹਫ਼ਤੇ ਬਾਅਦ ਕਿ ਹਰ ਇੱਕ ਬੱਚੇ ਦਾ ਜਦ ਤੱਕ ਕਲਾਸ ਦੇ ਵਿੱਚ A ਗ੍ਰੇਡ ਨਹੀਂ ਆਏਗਾ ਅਸੀਂ ਅਗਲੇ ਟਾਪਿਕ ਤੇ ਨਹੀਂ ਜਾਣਾ ਅਸੀਂ ਅਗਲਾ ਵਿਸ਼ਾ ਜਿਹੜਾ ਉਹ ਨਹੀਂ ਲੈਣਾ ਇਹ ਬੱਚਿਆਂ ਦੇ ਮਨ ਦੇ ਵਿੱਚ ਬਿਠਾ ਦਿਓ ਤੇ ਫੇਰ ਉਹਨਾਂ ਨੂੰ ਇਹ ਕਹੋ ਕਿ ਜਿਹੜੇ ਹੁਸ਼ਿਆਰ ਬੱਚੇ ਐ ਹੈ ਜੀ ਉਹ ਮਦਦਗਰਨ ਕਿੰਨਾ ਦੀ ਜਿਹੜੇ ਬੱਚੇ ਘੱਟ ਨੰਬਰ ਲਏ ਐ ਜਾਂ ਜਿਨ੍ਹਾਂ ਨੂੰ ਅਜੇ ਚੰਗੀ ਤਰ੍ਹਾਂ ਸਮਝ ਨਹੀਂ ਲੱਗੀ ਕੋਈ ਕੈਵਰਾ ਕੀ ਹੁੰਦਾ ਬੱਚਿਆਂ ਨੂੰ ਟੀਚਰਾਂ ਦੀ ਸਮਝ ਨਹੀਂ ਲੱਗਦੀ ਉਹ ਬੱਚੇ ਆਪਣੇ ਮਨ ਦੀ ਗੱਲ ਖੋਲ ਕੇ ਟੀਚਰਾਂ ਨਾਲ ਨਹੀਂ ਕਰ ਸਕਦੇ ਪਰ ਆਪਣੇ ਦੋਸਤਾਂ ਨਾਲ ਕਰ ਸਕਦੇ ਐ ਹੈ ਜੀ ਜਿਹੜੇ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਪੜ੍ਹਦੇ ਨੇ ਆਪਣੇ ਵਿਦਿਆਰਥੀਆਂ ਦੇ ਨਾਲ ਆਪਣੇ ਦੋਸਤਾਂ ਦੇ ਨਾਲ ਕਰ ਸਕਦੇ ਤੇ ਟੀਚਰ ਨੂੰ ਹਲਾਸ਼ੇਰੀ ਦੇਣੀ ਚਾਹੀਦੀ ਹੈ ਸ਼ਲਾਗਾ ਕਰਨੀ ਚਾਹੀਦੀ ਹੈ ਕਿ ਦੇਖੋ ਬੱਚੋ ਇਹ ਤੁਹਾਡੇ ਜਿਹੜੇ ਦੋਸਤ ਨੇ ਹਾਂਜੀ ਜਿਸ ਤਰ੍ਹਾਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਕਿ ਹਰ ਇੱਕ ਜਿਹੜਾ ਸਰੀਰ ਨਹੀਂਗਾ ਬਲਕਿ ਆਤਮਾ ਹੈ ਤਾਂ ਤੁਸੀਂ ਇਹ ਦੇਖਣਾ ਹੈ ਕਿ ਹਰ ਇੱਕ ਜਿਹੜੀ ਆਤਮਾ ਹੈ ਤੇ ਇੱਕ ਦੂਸਰੇ ਨੂੰ ਆਪਾਂ ਸਹਿਯੋਗ ਕਰਨਾ ਤੇ ਉਹ ਜਿਨ੍ਹਾਂ ਦਾ A ਗ੍ਰੇਡ ਆਇਆ ਹੈ ਹਾਂਜੀ ਉਹ ਦੂਸਰਿਆਂ ਦੀ ਮਦਦ ਕਰ ਇੱਕ ਪੀਰੀਅਡ ਜਿਹੜਾ ਹਫਤੇ ਦੇ ਵਿੱਚ ਇੱਕ ਪੀਰੀਅਡ ਜਿਹੜਾ ਟੀਚਰ ਉਹ ਬੱਚਿਆਂ ਨੂੰ ਦੇਵੇ ਕਿ ਤੁਸੀਂ ਦੇਖੋ ਆਪਣੇ ਸਾਰਿਆਂ ਦੀ ਜਿਹੜੀ ਕੀ ਕਰਨੀ ਹੈਗੀ ਮਦਦ ਕਰਨ ਦੇ ਨਾਲ ਸਹਿਯੋਗ ਦੀ ਬਾਤ ਜਿਹੜੀ ਹੈ ਫਿਰ ਉਹ ਜਿਹੜੇ ਬੱਚੇ ਆਪਣੇ ਦੋਸਤਾਂ ਨਾਲ ਗੱਲਬਾਤ ਕਰਨਗੇ ਜਿਹੜਾ ਦੋਸਤ ਨੂੰ ਚੰਗਾ ਲੱਗਦਾ ਉਹਦੇ ਨਾਲ ਉਹਨੂੰ ਬਿਠਾ ਦਿਓ ਹੈ ਜੀ ਜਿਹਨੇ ਉਸੇ ਵੇਲੇ ਸਿੱਖ ਲਿਆ ਤੇ ਜਿਹੜਾ ਥੋੜਾ ਕਮਜ਼ੋਰ ਹੈਗਾ ਸਿੱਖਣ ਦੇ ਵਿੱਚ ਐਸੀ ਗੱਲ ਨਹੀਂ ਬੱਚੇ ਸਾਰੇ ਬੜੇ ਹੁਸ਼ਿਆਰ ਹੋ ਜਾਂਦੇ ਨੇ ਪਰ ਕਈਆਂ ਦਾ ਜਿਹੜਾ ਸਿੱਖਣ ਦੀ ਜਿਹੜੀ ਉਹ ਬੜੀ ਜਲਦੀ ਸਿੱਖ ਜਾਂਦੇ ਨੇ ਕੁਝ ਜਿਹੜੇ ਨੇ ਥੋੜਾ ਟਾਈਮ ਲਗਰ ਉਹਨੂੰ 3-4 ਵਾਰੀ ਦੱਸਣਾ ਪੈਂਦਾ ਪਰ ਜਦੋਂ ਉਹ ਸਿੱਖ ਲੈਂਦੇ ਨੇ ਉਹ ساری ਉਮਰ ਸਿੱਖਿਆ ਉਹਨਾਂ ਦੇ ਮਨ 'ਚ ਰਹਿੰਦੀ ਹੈਗੀ ਤੇ ਜਦੋਂ ਮੌਕਾ ਦੇਵਾਂਗੇ ਤੇ ਉਹ ਜਿਹੜੇ ਆਪਣੀ ਜਮਾਤ ਦੇ ਬੱਚੇ ਜਿਹੜੇ ਦੂਸਰਿਆਂ ਨੂੰ ਸਮਝਾਉਣਗੇ ਜੇ ਦੂਸਰਿਆਂ ਨੂੰ ਸਮਝਾਉਣਗੇ ਸਮਝ ਲੱਗੀ ਫਿਰ ਟੀਚਰ ਮੌਕਾ ਦੇਵੇ ਕਿ ਬਈ ਤੇਰਾ ਡੀ ਗ੍ਰੇਡ ਆਇਆ ਸੀ ਹੁਣ ਆਪਾਂ ਤੇਰਾ ਦੁਆਰਾ ਜਿਹੜਾ ਉਹ ਟੈਸਟ ਲਵਾਵਾਂਗੇ ਜਦੋਂ ਦੁਆਰਾ ਟੈਸਟ ਲਵਾਵਾਂਗੇ ਉਹ ਬੱਚਾ ਜਿਹੜਾ ਏ ਗ੍ਰੇਡ ਲੈ ਸਕਦਾ ਲੇਕਿਨ ਟੈਸਟ ਵੀ ਕਿਸਾ ਲੈਣਾ ਕਿ ਜਿਹੜਾ ਬੱਚਾ ਤੇ ਲਿਖਣ ਚ ਹੁਸ਼ਿਆਰ ਹੈ ਤੇ ਉਹਦਾ ਲਿਖ ਕੇ ਟੈਸਟ ਲੈ ਲਓ ਜਿਹੜਾ ਬੱਚਾ ਬੋਲ ਕੇ ਦੱਸ ਸਕਦਾ ਉਹਦਾ ਬੋਲ ਕੇ ਲੈ ਲਓ ਜਿਹੜਾ ਬੱਚਾ ਕਵਿਤਾ ਦੇ ਰੂਪ ਚ ਉਸ ਉਸ ਚੀਜ਼ ਜਿਹੜੀ ਉਹਨੇ ਸਿੱਖੀ ਹੈ ਉਹਦਾ ਕਵਿਤਾ ਨਾਲ ਟ ਜਿਸ ਤਰ੍ਹਾਂ ਉਹਨਾਂ ਸਿੱਖਣ ਜੀ ਇੰਟਰਸਟ ਹੈ ਉਸ ਤਰ੍ਹਾਂ ਹੀ ਉਹਦਾ ਟੈਸਟ ਲੈਣਾ ਤੇ ਜਦੋਂ ਸਾਰਿਆਂ ਦਾ ਏ ਗ੍ਰੇਡ ਆ ਜਾਏਗਾ ਤੇ ਕਲਾਸ ਦੇ ਵਿੱਚ ਕੀ ਹੋ ਜਾਏਗਾ ਸਾਰੇ ਖੁਸ਼ ਹੋ ਜਾਣਗੇ ਕਿਉਂਕਿ ਤਾਂ ਸਾਰੇ ਇੱਕੋ ਜਿਹੇ ਹੈ ਹਾਂਜੀ ਕਿੰਨੀ ਵਧੀਆ ਇੱਕ ਭਾਵਨਾ ਹੋ ਜਾਏਗੀ ਕਿੰਨਾ ਵਧੀਆ ਇੱਕ ਸਹਿਯੋਗ ਹੋ ਜਾਏਗਾ ਜਿਸ ਤਰ੍ਹਾਂ ਉਹਨਾਂ ਨੰਬਰ ਲੈਣ ਸਹਿਯੋਗ ਕੀਤਾ ਇਸ ਤਰ੍ਹਾਂ ਹੀ ਟੀਚਰ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਹੱਲਾਸ਼ੇਰੀ ਦੇਣ ਕਈ ਬੱਚਾ ਕੋਈ ਕਿਤਾਬ ਨਹੀਂ ਲੈ ਕੇ ਆਇਆ ਜਾਂ ਕੋਈ ਗਰੀਬ ਬੱਚਾ ਹੈ ਕੋਈ ਅਮੀਰ ਹੈ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਵੀ ਇਹਨੂੰ ਕਿਤਾਬ ਲੈ ਦੇਈਏ ਜਾਂ ਉਹਦੀ ਕਿਤਾਬ ਦੇ ਦੇਵੇ ਹਾਂਜੀ ਇਸ ਤਰ੍ਹਾਂ ਦੀ ਵੀ ਮਦਦ ਜਿਹੜੀ ਕੀਤੀ ਜਾ ਸਕਦੀ ਹੈ ਤੁਹਾਡਾ ਬਹੁ ਸਰਤਾ ਵੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੈਨੂੰ ਮੌਕਾ ਦਿੱਤਾ ਮਾਪਿਆਂ ਨਾਲ ਗੱਲ ਕਰਨ ਨਾਲ ਟੀਚਰ ਨਾਲ ਗੱਲ ਕਰਨਾ ਤੇ ਮੈਂ ਉਮੀਦ ਰੱਖਦਾ ਕਿ ਇਹਨਾਂ ਗੱਲਾਂ ਨੂੰ ਉਹ ਜੀਵਨ ਦੇ ਵਿੱਚ ਅਪਣਾ ਕੇ ਆਪਣੇ ਪ੍ਰੈਕਟੀਕਲ ਜੀਵਨ ਦੇ ਵਿੱਚ ਲਿਆ ਕੇ ਆਪਣੇ ਬੱਚਿਆਂ ਨਾਲ ਬੈਠਣਗੇ ਤੇ ਉਹਨਾਂ ਨਾਲ ਪ੍ਰਯੋਗ ਕਰਨਗੇ ਔਰ ਮੈਨੂੰ ਉਮੀਦ ਹੈ ਇਸ ਪਰਯੋਗ ਨਾਲ ਜੂਰ ਸਫਲ ਹੋਣਗੇ ਬਿਲਕੁਲ ਤੇ ਅਸੀਂ ਵੀ ਨਵੀਂ ਕਿਰਨ ਦੇ ਤਸ਼ਕਕ ਤੋਂ ਹੀ ਉਮੀਦ ਕਰਦੇ ਹਾਂ ਕਿ ਉਹ ਵੀ ਇਸ ਨੂੰ ਆਪਣੇ ਤੇ ਅਮਲ ਕਰਨਗੇ ਔਰ ਸਹਿਯੋਗ ਨਾਲ ਇਹ ਜ਼ਰੂਰੀ ਨਹੀਂ ਹੈਗਾ ਕਿ ਸਹਿਯੋਗ ਸਿਰਫ ਬੱਚਿਆਂ ਵਿੱਚ ਹੀ ਉਤਪਨ ਬੱਚਿਆਂ ਵਿੱਚ ਹੀ ਪੈਦਾ ਕੀਤਾ ਜਾ ਸਕੇ ਪਰ ਸਹਿਯੋਗ ਜਿਹੜਾ ਉਹ ਸਭ ਨਾਲ ਸਾਰਿਆਂ ਨਾਲ ਕਰਨਾ ਚਾਹੀਦਾ ਹੈ ਤਾਂ ਹੀ ਸਾਨੂੰ ਵੀ ਦਵਾਵਾਂ ਮਿਲਣਗੀਆਂ ਤੇ ਹੁਣ ਲੈਣਿਆ ਸਾਡੇ ਦਰਸ਼ਕਾਂ ਤੋਂ ਇਜਾਜ਼ਤ ਤੇ ਕੱਲ ਫਿਰ ਮਿਲਾਂਗੇ ਕੁਝ ਹੋਰ ਗੱਲਾਂ ਲੈ ਕੇ ਔਰ ਕੁਝ ਹੋਰ ਦਰਸ਼ਕਾਂ ਨਾਲ ਰੂਬਰੂ ਹੋਣ ਲਈ ਸਹਿਸ੍ਰੀਕਰ so